हेलो जी, कितना हाल चाल जी? एनु सारे सज्जन बेली मित्र जिथों जिथों फिल्म वेखण डे हो, सानू पता है तुहानू अगले पार्ट का वेट सी। ते सब तो पहला आपां अज दा जिहड़ा कमेंट है बाजवा साहब वो पढ़िए। अज दा कमेंट की है जी, लो जी, कौन ने निकी निकी, मतलब आईडी उन्हां दी निकी है ना, हुण पता नहीं उन्हां दा। वीरे मैं पाकिस्तान आउणा है थोड़े टाइम तक, अपना पुराना पिंड वेख के जावांगा। साडा पुराना पिंड कोट सोंडा है, ਤੁਹਾਡੇ ਤੋਂ ਕਿੰਨੀ ਕੁ ਦੂਰ ਪੈਂਦਾ ਹੈ, ਤੁਹਾਨੂੰ ਵੀ ਮਿਲ ਕੇ ਜਾਵਾਂਗਾ। ਵੀਡੀਓ ਵਿੱਚ ਨਹੀਂ ਰਿਪਲਾਈ ਕਰ ਸਕਦੇ ਤੇ ਪਲੀਜ਼ ਇੱਥੇ ਹੀ ਕਰ ਦਿਓ। ਲਓ ਜੀ, ਵੀਡੀਓ ਵਿੱਚ ਰਿਪਲਾਈ ਵੀ ਹੋ ਗਿਆ ਤੇ ਦੂਜੀ ਗੱਲ ਇਹ ਹੈ ਕੋਟ ਸੋਂਡਾ ਮਤਲਬ ਬੜੇ ਪਿੰਡ, ਮਤਲਬ ਇਦਾਂ ਦੇ ਪਿੰਡ ਸਾਡੇ ਅਸਲ 'ਚ ਸਾਊਥ ਪੰਜਾਬ ਦੇ ਵਿੱਚ ਨਹੀਂ ਹੈ, ਤੁਹਾਡਾ ਨੌਰਥ ਪੰਜਾਬ 'ਚ ਹੋਏਗਾ ਉਸ ਸਾਈਡ ਤੇ ਅਪਰ ਪੰਜਾਬ ਵਾਲੀ ਸਾਈਡ ਤੇ, ਜਾਂ ਫਿਰ ਮਤਲਬ ਕਿਸੇ ਵੀ ਇਲਾਕੇ 'ਚ ਹੋ ਸਕਦਾ। ਬਹੁਤ ਸਾਰੇ ਵੀਰੇ ਜਿਹੜੇ ਸਰਗੋਧਾ ਡਿਸਟ੍ਰਿਕਟ ਤੋਂ ਗਏ ਨੇ, ਉੱਥੋਂ ਮਾਈਗ੍ਰੇਟ ਹੋ ਕੇ ਨਾਰੋਵਾਲ, ਸ਼ੱਕਰਗੜ, ਇਸ ਇਲਾਕਿਆਂ 'ਚੋਂ ਲੋਕੀ ਬੜਾ ਜਿਹੜੇ ਨੇ, ਸਿਆਲਕੋਟ 'ਚੋਂ ਬੜਾ, ਕੋਟਸ ਮਾਬਾ, ਹਾਂ ਸਾਡੇ ਕੋਲ ਕੋਟਸ ਮਾਬਾ, ਆਦਮ ਸਵਾਬਾ, ਇੱਦਾਂ ਦੇ ਮਤਲਬ ਹੈ ਨੇ। ਤੇ ਇਹ ਹੁਣ ਕੋਈ ਡਿਸਟ੍ਰਿਕਟ ਇਹਨਾਂ ਨੇ ਦੱਸਿਆ ਹੁੰਦਾ ਤੇ ਫੇਰ ਅਸੀਂ ਦੱਸਦੇ ਕਿ ਸਾਡੇ ਤੋਂ ਕਿੰਨਾ ਕੁ ਦੂਰ ਹੈ, ਮਤਲਬ ਕਿਉਂਕਿ ਅਸੀਂ ਤੇ ਮਤਲਬ ਪੰਜਾਬ ਦੇ 36 ਜ਼ਿਲ੍ਹੇ ਨੇ, ਹਾਂ 36 ਜ਼ਿਲ੍ਹੇ ਨੇ, ਬਹੁਤ ਵੱਡਾ ਜਿਹੜਾ ਲੈਂਦਾ ਪੰਜਾਬ 'ਚ, ਬੜਾ ਵੱਡਾ ਜੇ, ਮਤਲਬ ਤੁਸੀਂ ਮਤਲਬ 2 ਦਿਨ ਵੀ ਨਹੀਂ ਫਿਰ ਸਕਦੇ ਇੱਥੋਂ, ਮਤਲਬ ਟਰੈਵਲਿੰਗ 'ਚ ਲੱਗ ਜਾਂਦੇ ਨੇ ਤੁਹਾਨੂੰ ਆਪਣੀ ਗੱਡੀ ਦੇ, ਤੁਹਾਨੂੰ ਟਰੈਵਲਿੰਗ 'ਚ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਾਂਦੇ ਨੇ 2 ਦਿਨ ਲੱਗ ਜਾਂਦੇ ਨੇ। ਅਤੇ ਇੱਦਾਂ ਐਡਾ ਹੈ ਮਤਲਬ, ਤੇ ਉਹ ਫਿਰ ਉਹਦੇ ਵਿੱਚੋਂ ਕੋ ਪਿੰਡ ਸ਼ਹਿਰ ਇੱਧਰ ਉੱਧਰ ਟਾਊਨ, ਲੇਕਿਨ ਇਹ ਹੈ ਕਿ ਤੁਸੀਂ ਸਾਨੂੰ ਡਿਸਟ੍ਰਿਕਟ ਦੱਸਦੇ ਤਾਂ ਫਿਰ ਵਧੀਆ ਹੋ ਜਾਂਦਾ, ਫਿਰ ਆਪਾਂ ਨੂੰ ਈਜ਼ੀ ਹੋ ਜਾਣਾ ਸੀ। ਚਲੋ, ਪਰ ਹਲੇ ਇਹ ਹੈ ਕਿ ਵੈਲਕਮ, ਤੁਸੀਂ ਜਦੋਂ ਵੀ ਆਓ ਆਪਾਂ ਨੂੰ ਜ਼ਰੂਰ ਮਿਲ ਕੇ ਜਾਇਓ, ਵਧੀਆ ਲੱਗੇਗਾ ਸਾਨੂੰ ਵੀ ਕਿ ਸਾਡਾ ਕੋਈ ਭਰਾ ਉਧਰੋਂ ਸਾਨੂੰ ਵੇਖਣ ਵਾਲਾ, ਸਾਡਾ ਵੀਵਰ ਜਿਹੜਾ ਸਾਨੂੰ ਮਿਲਣ ਆਇਆ, ਖੁਸ਼ੀ ਹੋਏਗੀ ਜੀ ਸਾਨੂੰ ਬੜੀ। ਹੁਣ ਆਪਾਂ ਵੀਡੀਓ ਵੇਖ ਲੈਂਦੇ ਹਾਂ ਜੀ, ਹਾਂਜੀ, ਵੀਡੀਓ ਜਿੱਥੋਂ ਆਪਾਂ ਛੱਡੀ ਸੀ, ਮਤਲਬ ਉਹਨੇ ਆਵਾਜ਼ ਮਾਰਦੇ ਸੀ ਬੇਬੇ ਨੂੰ, ਇਹ ਵੀ ਬੜਾ ਖੁਸ਼ ਫਿਰਦਾ। ਉਹਨੂੰ ਪਤਾ ਨਹੀਂ ਕੀ ਕਹਾਣੀ ਪੈ ਗਈ। ਓਏ, ਮੱਝ ਵੀ ਉੱਡ ਗਈ ਕਿੱਲੇ ਤੋਂ। ਓਏ, ਮੱਝ ਦਾ ਕੜਾ ਬਣ ਗਿਆ। ਆ ਗੱਲ ਸੁਣ ਲੈ ਦਰਜ਼ੀ, ਆਵੇ ਮੈਨੂੰ ਕੁੜਤਾ ਸਿਉ ਦੇ ਸੁਹਾ। ਅਮਰਿੰਦਰ ਗਿੱਲ ਦਾ ਨਾ ਸਟਾਈਲ ਲਓ ਜੀ, ਸੂਹਾ ਕੁੜਤਾ ਵੀ ਤਿਆਰ ਹੋ ਗਿਆ। ਕੱਦੂ ਕੱਦੂ ਬਦਲੇ ਹੀ ਦਿੱਤੇ ਨੇ ਉਹਨੇ, ਬਾਰਟਰ ਸਿਸਟਮ ਹੋ ਗਿਆ, ਪੜਿਆ ਸੀ ਨਾ ਬਾਰਟਰ ਸਿਸਟਮ ਚੀਜ਼ ਕੇ ਬਦਲੇ। ਆਖਿਆ ਰਹਿੰਦੀ ਅੱਡੀਆਂ ਪੂਛ ਕੇ ਰੱਖਿਆ। ਮਾੜੋ ਹਜੇ ਵੀ ਸੋਚ ਲੈ, ਨਹੀਂ ਮਿਲਣਾ ਜ਼ਰੂਰੀ ਹੈ, ਦੇਖ ਲੈ, ਨਹੀਂ ਤੂੰ ਚੱਲ ਇਹਦੇ ਨਾਲ। ਆ ਸਹੇਲੀ, ਪਿਛਲੀ ਫਿਲਮ ਆਪਾਂ ਜਿਹੜੀ ਵੇਖੀ ਸੀ ਲੋਰੀ, ਉਹਦੇ 'ਚ ਵੀ ਇੱਕ ਸਹੇਲੀ ਸੀ। ਇੰਨੀ ਸੜੇ ਹਨ ਲੋਕ ਵੀ ਥਾਂ ਹੀ ਨਹੀਂ ਛੱਡਦੇ ਭੋਰਾ। ਤੂੰ ਇੱਕ ਵਾਰੀ ਹੋਰ ਸੋਚ ਲਾ, ਤੂੰ ਖੜ ਮੈਂ ਆਈ ਇੱਧਰ ਨਾ, ਨਹੀਂ ਛੇਤੀ ਮੁੜੀ, ਬੜੀ ਸੁਨਸਾਨ ਜੀ ਜਗ੍ਹਾ ਹੈ। ਨਹੀਂ ਇਹ ਉਹਦੇ ਕੋਲ ਆਈ ਆ, ਗੀਚੇ ਗੀਚਾ ਆ ਗਈ। ਕੀ ਹੋ ਗਿਆ? ਕੁਝ ਨਹੀਂ, ਸੂਲ ਵੱਜੀ ਆ। ਧਿਆਨ ਨਾਲ ਨਹੀਂ ਤੁਰੇਗਾ, ਸੂਲ ਤਾਂ ਵੱਜੂਗੀ ਨਾ। ਲੈ, ਤੇ ਜੇ ਬੰਦੇ ਨੇ ਜੁੱਤੀ ਪਾਈ ਹੋਵੇ ਤੇ ਉਹਦੇ ਵਿੱਚੋਂ ਦੀ ਸੂਲ ਵੱਜੇ, ਫਿਰ ਤੇ ਬੰਦੇ ਦੇ ਲੇਖ ਹੀ ਮਾੜੇ ਹੋਏ ਨਾ। ਹਾਂ, ਜੁੱਤੀ ਬੜੀ ਤੂੰ ਖੁੱਸਾ ਪਾਇਆ, ਸੂਲ ਤਾਂ ਚੁੱਭ ਨਹੀਂ ਸੀ। ਲੈ, ਖੁੱਸਿਆਂ ਖਾਸਿਆਂ ਨੂੰ ਛੱਡ ਤੂੰ, ਜਿਹੜੀ ਮੈਂ ਤੇਰੇ ਲਈ ਸ਼ੈ ਲੈ ਕੇ ਆਇਆ ਨਾ, ਤੇ ਤੂੰ ਖੁੱਸੇ ਖਾਸੇ ਭੁੱਲ ਜਾਣੇ ਸਾਰੇ। ਕੀ ਲਿਆ? ਚੱਲ ਵਿਖਾ। ਪਹਿਲਾਂ ਅੱਖਾਂ ਬੰਦ ਕਰ, ਛੇਤੀ ਕਰ, ਮੈਂ ਘਰੇ ਮੁੜਨਾ, ਮੇਰੇ ਸਾਕ ਦੀ ਗੱਲ ਚੱਲ ਰਹੀ ਹੈ ਤੇ ਇੰਨੀ ਦੇਰ ਘਰ ਤੋਂ ਬਾਹਰ ਰਹਿਣਾ ਠੀਕ ਨਹੀਂ ਹੈ ਨਾ। ਸਾਕ ਦੀ ਗੱਲ? ਪਰ ਸਾਡੇ ਘਰਦਿਆਂ ਤੇ ਪੁੰਨਿਆਂ ਨੂੰ ਭੇਜਣਾ ਸਾਕ? ਲੈ, ਹੁਣ ਜਵਾਨ ਕੁੜੀ ਘਰੇ ਹੈ ਤੇ ਮਾਪੇ ਉਡੀਕਣਗੇ ਥੋੜ੍ਹੀ ਨਾ ਕਿਸੇ ਨੂੰ। ਬੇਬੇ ਕਹਿੰਦੀ ਸੀ
असी अपनी जवाकड़ी नू ओ कच्चे कोठियां च नहीं रोलना, असी तो पक्की इट वाला घर लभना जिथे घोड़ियां ते लवेरियां खड़िया होण। ते मैं भी हौली जी हिम्मत करके बेबे नू कहा, बेबे मुंडा चंगा होना चाहिदा है, बनदा ठंडा होना चाहिदा है, होर की बाकी सब च की रखिया है। ते बेबी कहंदी, हुण तू मता देवेंगी सानू। मैं गरीबनी चुप। अंग्रेज और मैं जानी है, कोई आ चुका। पर माड़ो माड़ो माड़ो, मैं तो रोल जू माड़ो। चंगा जे तेन आए लगता ना तो तू एक काम कर। हाँ। वचोले ने तू दसी तेरे को छे कोठियां पांच लवेरियां ते दो कोड़ियां ने। पर इतने झूठे ने माड़ो। ओहो ओही तो मैं चाहनी हाँ कि कोई झूठ ना बोले। ते मैं कहना चाह रही हाँ कि जे हो गया तो ठीक है, नहीं होया तो ओ जाने क्या कि सबर कर ली। ते हुण ना मैं चलदी हूँ, कोई आ चुका। तू अपने पैर का ख्याल रखी। हाँ देख मैं तेरे लिए की लिया क्या सी माड़ो। मेनू डर लगता है। डरती का तो जा, ओ खड़े जाए तेन। आ गई है, मैनू पता ही तो होना। रब दा घर कोई भी आ जा सकता है, तेनू मिलन नहीं आई। अच्छा। मैं तो यह दसन आई सी कि बापू दी बाह हुण ठीक है ते दवाइयां दा धन्नवाद। चलो चलो शुक्र है मालक दा। है हले गल सुन मेरी पूरा, तेरे लिए एक शह लैके आया लोरों, चूड़ियां चाड़े दे सारी दिंदे आ, वेखा जट की लैके आया तेरे लिए। की है इहदे च? इंसाफ कर रब्बा जे सुनदा ते। उधर इंसाफ मांगदा फिर। Mohandas Gandhi meets with Muhammad Ali Jinnah. Aitar mara Muslims together. ਕੋਈ ਡਰਨਾ ਡਰਨਾ ਮਾਲਕਾਂ ਨੂੰ ਕੋਈ ਨਹੀਂ ਕਹਿੰਦਾ, ਵੇਖ ਲੈ ਮੈਂ ਕੁਛੜ ਚੁੱਕਿਆ। ਆ ਜਾ ਇਧਰ ਆ ਜਾ, ਆ ਤੇਰੇ ਲਈ ਲੈ ਕੇ ਆਇਆ ਲਾਹੌਰੋਂ। ਇਹਨੂੰ ਰੇਡੀਓ ਕਹਿੰਦੇ ਆ ਕਮਲੀਏ, ਇਹ ਚ ਗਾਣੇ ਚੱਲਦੇ ਆ, ਇਹ ਚ ਲੋਕੀ ਗੱਲਾਂ ਕਰਦੇ, ਬੰਦਾ ਵੀ ਕੋਈ ਨਹੀਂ ਬੈਠਾ। ਵੇਖਾਂ ਵਿੱਚ ਕੋਈ ਗੋਰਿਆਂ ਦੀਆਂ ਕੱਢਾਂ, ਵੱਡੀਆਂ ਗੱਲਾਂ, ਬੜੀਆਂ ਤਰੱਕੀਆਂ ਹੁੰਦੀਆਂ ਪਈਆਂ ਦੁਨੀਆਂ ਤੇ। ਸਾਨੂੰ ਇੱਥੇ ਮਿੱਟੀ ਨਾਲ ਮਿੱਟੀ ਹੋਏ ਲੋਕਾਂ ਨੂੰ ਕੀ ਪਤਾ ਦੁਨੀਆਂ ਚ ਕੀ ਹੋ ਰਿਹਾ। ਅਸੀਂ ਤਾਂ ਇੰਨੀ ਕਾਢ ਕੱਢੀ ਹੈ ਕਿ ਜਦੋਂ ਧੁੱਪ ਨਿਕਲੇ ਚ ਮੀਂਹ ਪਵੇ ਨਾ ਤਾਂ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ। ਭੋਲੇ ਲੋਕ। ਚੰਗਾ ਮੈਂ ਚੱਲਦੀ ਹਾਂ। ਇਹ ਕਿਹੋ ਜਿਹਾ ਇਨਸਾਫ ਹੈ ਰੱਬਾ? ਤੂੰ ਮੇਰਾ ਹੱਥ ਛੱਡ ਦੇ, ਕੋਈ ਆ ਚੁੱਕਾ। ਓਏ ਡਰਦੀ ਕਿਉਂ ਹੈ, ਤੇਰਾ ਹੱਥ ਵੀ ਐਰੇ ਗਰੇ ਜੱਟ ਨੇ ਥੋੜਾ ਫੜਿਆ। ਹਵੇਲੀਆਂ ਵਾਲੇ ਲੋਕ ਅਸੀਂ ਡਰਦੇ ਕਿਸੇ ਤੋਂ? तू जाना। चंगा चंगा चलदा। मालकम कुछ नहीं आंदा ले जा। किधर किधर? अंग्रेज तू? कौन सी हो? कौन? मैनू नहीं पता कौन सी। तेरा हाथ फड़े सी उन्हें, तेनू पता ही नहीं कौन सी। कल्ली कुड़ी दा कोई हाथ फड़ ले तो मैं पूछूंगी भाई कौन है तू। मैं डर गई सी। इतनी डरी लगते नहीं रही सी तू। तेरा अपना घर है, हुन कितना क डरूंगी। तो हुन क्यों डर रही है फिर? मैं किथे डर रही हां? अटैच किया खोले नु। अटैच नहीं है। किया? मेनू नहीं पता की है। सब पता लग गया मेनू माड़ो। अठ कोड़ियां छे लवेरियां, धोखा कीता तू मेरे नाल। इतनी गरीबनी है नहीं तू जिन्नी। मेनू जानदी की धोखा धोखा लाई है। बिंदली लाउंदे कुड़ियां ते तोम तलाउन लगे, चार दिन तेरे नाल हस खेड़ लई ओ नहीं तेनू दींदा। नाली जी तेनू कुड़ियां इन्नी धोखेबाज लगदियां ने ना, मेरे घरे साख भेज, मैं आपदे प्यो दी धी नी जे तेरे नाल ब्याह ना करावा। चल ली ओनी जोड़ दे इहदा ते घोड़ी वाले दा बणदा। Yeah.
ओ बस कर कुछ नहीं हुंदा गा क्यों नहीं कुछ हुंदा मरूंगा है ओए रो पै मेरे भरा ओए अल्लाह दा वास्ता तेनू रो पै ए नहीं बचदा अन्ना प्यार करदा सी ओनू ओए अन्ना करदा सी ताई तां धोखा खा गया कोई ना जदों व्याह हो गया आपे भुल जूगा परवाह नी कीती जमा भी रो पै ते मेर कर रो पै पत्रा रो पै मेरे भरा क्यों सानू मारन लगे ओए रो पै खुदा दे वास्ते रो पै गेजिया ओ तेरा फुफड़ आया गल्ला बाता मार आ जा इधर ਬਈ ਇਹਨੂੰ ਹੋਇਆ ਕੀ ਹੈ ਸਾਡੀ ਮੱਝ ਗਵਾਚ ਗਈ ਨਾ ਪਰੌਣਿਆ ਉਹੀ ਗੱਲ ਦਿਲ ਨੂੰ ਲਾਈ ਬੈਠਾ ਹੈ ਉਹ ਤਿਉ ਹੀ ਬੜਾ ਕਰਦਾ ਸੀ ਉਸੇ ਨੂੰ ਪੱਠੇ ਪਾਈ ਜਾਂਦਾ ਸੀ ਉਹ ਚਲੋ ਛੱਡੋ ਇਹਨੂੰ ਇਹ ਤੂੰ ਚੰਗਾ ਕੀਤਾ ਭਾਈ ਜਿਹੜਾ ਤੂੰ ਆਪ ਆ ਗਿਆ ਬਈ ਆਉਣਾ ਹੀ ਸੀ ਮੈਂ ਕਿਹਾ ਵਿਆਹ ਦੀ ਗੰਢ ਆਪ ਦੇ ਕੇ ਆਵਾਂ ਨਾਨਕੇ ਕਿਤੇ ਗੁੱਸੇ ਹੀ ਨਾ ਹੋ ਜਾਣ ਬਈ ਦੋਤੀ ਦੇ ਵਿਆਹ ਦੀ ਗੰਢ ਪਰੌਣਾ ਆਪ ਨਹੀਂ ਦੇਣ ਆਇਆ ਵਧੀਆ ਕੀਤਾ ਭਾਈ ਇਹ ਤਾਂ ਬਹੁਤ ਵਧੀਆ ਹੋਇਆ ਨਾ ਓ ਭਾਈ ਓਏ ਅੱਜ ਕਣਕ ਵਾਲੀਆਂ ਵੀ ਲਾ ਲਿਓ ਜਵਾਕਾਂ ਦਾ ਫੁੱਫੜ ਆਇਆ ਸੁੱਖ ਨਾਲ ਉਹ ਐ ਕਰੋ ਸਾਗ ਵੀ ਧਰ ਲਓ ਓ ਜਵਾਕਾਂ ਦੇ ਫੁੱਫੜ ਨੇ ਕਿਹੜਾ ਰੋਜ਼ ਰੋਜ਼ ਆਉਣਾ ਹੁੰਦਾ ਹੈ ਬਾਪੂ ਸਾਗ ਕਿਉਂ ਫੁੱਫੜ ਦੇ ਘਰੇ ਕੀ ਸਾਗ ਨਹੀਂ ਹੈਗਾ ਬੇਬੇ ਐ ਕਰੋ ਛੋਲੂਆ ਧਰ ਲਓ ਛੋਲੂਆ ਛੋਲੂਆ ਤਾਂ ਮੈਂ ਕੱਢੀ ਜਾ ਲੈ ਇਉਂ ਕਰੋ ਮੇਰਾ ਨਾ ਘੋੜਾ ਵੱਢ ਲੋ ਫੁੱਫੜਾ ਜੇ ਤੇਰਾ ਘੋੜਾ ਵੱਢ ਲਿਆ ਜਾਏਗਾ ਕਾਹਦੇ ਤੇ ਆ ਤੁਹਾਡੇ ਰਾਜੀ ਜੇ ਕੁੱਕੜ ਤੇ ਓਏ ਤੂੰ ਘਬਰਾ ਨਾ ਨਿਆਣੇ ਟਿਚਰਾ ਕਰਦੇ ਸੀ ਤੇਰੇ ਨਾਲ ਓਏ ਅੰਦਰ ਕੁੱਕੜ ਹੀ ਧਰਿਆ ਅੰਦਰ ਕੁੱਕੜ ਹੀ ਧਰਿਆ ਨਿਆਣੇ ਟਿਚਰਾ ਕਰਦੇ ਨੇ ਅਜਿਹਾ ਡਾਇਲੋਗ ਇਹਦੇ ਨਾ ਬਹੁਤ ਵਧੀਆ ਸਾਡੇ ਤਾਂ ਮਤਲਬ ਤੇ ਪਰਾਉਣਾ ਜਦੋਂ ਵਾਕਈ ਐਵੇਂ ਹੁੰਦਾ ਸੀ ਪਹਿਲੇ ਗੰਢ ਗੰਢ ਆਖੀ ਦਾ ਕਿ ਵਿਆਹ ਦੀ ਗੰਢ ਦੇਣ ਚੱਲੇ ਆ ਤੇ ਉਹ ਮਤਲਬ ਆਪ ਜਾਈਦਾ ਹੁੰਦਾ ਸੀ ਨਾਲ ਸਾਰਿਆਂ ਨੇ ਜਾਣਾ ਸਾਰਿਆਂ ਨੇ ਹਾਂ ਖਾਸ ਤੇ ਆਪ ਜਾਈਦਾ ਹੁੰਦਾ ਸੀ ਬਾਕੀ ਈਦ ਦੇ ਉੱਤੇ ਜ਼ਾਹਰ ਹੈ ਕਿਹਦੇ ਕੋਲ ਫਿਰ ਅੱਜ ਕੱਲ ਟਾਈਮ ਵੀ ਤੇ ਹਰ ਬੰਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਫਿਰ ਈਦ ਸ਼ਬਰਾਤ ਕੋਈ ਇਹਦਾ ਮੌਕਾ ਆਵੇ ਤੇ ਫਿਰ ਚਿੱਟੇ ਖੇਸ ਰੱਖੀਦੇ ਆ ਪੈਂਦਾ ਦੇ ਸਰਾਣੇ ਬਾਕੀ ਸਹੀ ਗੱਲ ਹੈ ਪਰੌਣੇ ਸਾਫ ਸੁਥਰੀ ਜਿਹੜੀ ਮੰਜੀ ਹੁੰਦੀ ਉਹ ਉਹਨਾਂ ਥਲੇ ਡਾਣੀ ਅੱਛਾ ਮੇਰੇ ਨਾ ਫੁੱਫੀ ਜਿਹੜੀ ਹੈ ਨਾ ਉਹ ਮਤਲਬ ਅੱਜ ਕੱਲ ਵੈਸੇ ਥੋੜੇ ਜਿਹੇ ਬਿਮਾਰ ਨੇ ਤੇ ਉਹ ਸਾਡਾ ਮੇਰਾ ਇੱਕ ਫੁੱਫੜ ਜਿਹੜਾ ਨਾ ਉਹ ਸੀ ਪੜ੍ਹਿਆ ਲਿਖਿਆ ਸੀ ਵਾਹਵਾ ਉਹ ਵੀ ਜੋਬ ਸ਼ੋਬ ਕਰਦੇ ਸਨ ਉਹ ਵੀ ਮਤਲਬ ਨਹੀਂ ਰਹੇ ਤੁਰ ਗਏ ਇਸ ਦੁਨੀਆ 'ਚੋਂ ਅਤੇ ਇੱਕ ਮੇਰਾ ਫੁੱਫੜ ਜਿਹੜਾ ਹੈ ਉਹ ਵੈਸੇ ਪੁਲਿਸ ਦੇ ਵਿੱਚ ਸੀ ਅਫਸਰ ਸੀ ਅਤੇ ਮਤਲਬ ਥਾਣੇਦਾਰ ਆਉਂਦੇ ਹੁੰਦੇ ਸਨ ਉਹਨੂੰ ਥਾਣੇਦਾਰ ਅੱਛਾ ਅਤੇ ਇੱਕ ਫੁੱਫੀ ਜਿਹੜੀ ਹੈ ਨਾ ਉਹਦਾ ਵਿਚਾਰਾ ਉਹ ਹਾਲਾਤ ਵੀ ਕੁਝ ਉਹਨਾਂ ਦੇ ਮਾੜੇ ਸਨ ਅਤੇ ਉਹ ਫੁੱਫੜ ਮੇਰਾ ਵੀ ਕੋਈ ਸਿੱਧਾ ਜਿਹਾ ਸੀ ਉਹ ਜਦੋਂ ਉਹਦੇ ਥਾਣੇਦਾਰ ਉਹ ਆਉਣਾ ਨਾ ਥਾਣੇਦਾਰ ਨੇ ਉਹਦੇ ਲਈ ਵੀ ਕੁੱਕੜ ਦੇਸੀ ਬਣਨਾ ਅਤੇ ਉਹਦੇ ਵਾਸਤੇ ਮੰਜੀਆਂ ਛੰਜੀਆਂ ਇਹ ਉਹ ਮਤਲਬ ਐਵੇਂ ਚਾਦਰਾਂ ਵਿਛਣੀਆਂ ਇੱਜ਼ਤ ਸਾਰਾ ਕੁਛ ਅਤੇ ਜਦੋਂ ਆਉਣਾ ਉਹ ਦੂਸਰੇ ਨੇ ਉਹਨਾਂ ਨੇ ਜਿਹੜੇ ਉਹ ਵੀ ਉਹਨਾਂ ਦੀ ਵੀ ਗੌਰਮੈਂਟ ਜੋ ਆਪਣੀ ਜੋਬ ਸੀ ਅਤੇ ਉਹ ਵੀ ਮਤਲਬ ਠੀਕ ਸਨ ਉਹਨਾਂ ਨੇ ਆਉਣਾ ਪੜ੍ਹੇ ਲਿਖੇ ਸਨ ਉਹਨਾਂ ਵਾਸਤੇ ਵੀ ਹਰ ਚੀਜ਼ ਵਧੀਆ ਅਤੇ ਉਹ ਜਿਹੜੀ ਮਾੜੀ ਸੀ ਨਾ ਉਹ ਜਦੋਂ ਫੁੱਫੜ ਨੇ ਆਉਣਾ ਨਾ ਉਦੋਂ ਉਹਨੇ ਪੁੱਛਣਾ ਵੀ ਅੱਜ ਕੀ ਪੱਕਿਆ ਇੱਧਰ ਹੈ ਜੇ ਦਾਲ ਪੱਕੀ ਹੈ ਉੱਧਰ ਪਰਲਿਆਂ ਨੂੰ ਪੁੱਛਣਾ ਉੱਧਰ ਦਾਲ ਪੱਕੀ ਉਹ ਜੇ ਤੀਸਰੇ ਘਰ ਜਾਣਾ ਉੱਧਰ ਕੀ ਇੱਧਰ ਵੀ ਦਾਲ ਹੀ ਪੱਕੀ ਹੈ ਉਹ ਫੁੱਫੀ ਮੇਰੀ ਆਉਂਦੀ ਹੈ ਕਿ ਉਹ ਮਤਲਬ ਆਉਣ ਅਤੇ ਇਹ ਜੇ ਥਾਣੇਦਾਰ ਆ ਗਿਆ ਤੁਹਾਨੂੰ ਬਹੁਤ ਬਣ ਜਾਂਦਾ ਹੈ ਤੇ ਜੇ ਮੇਰਾ ਬੰਦਾ ਆ ਜਾਏ ਤੇ ਦੁਹਰ ਪਾਸੇ ਦਾਲਾਂ ਹੀ ਦਾਲਾਂ ਤੁਸੀਂ ਪਕਾ ਲੈਂਦੇ ਹੋ ਕਿ ਬੰਦਾ ਹੈ ਮੇਰਾ ਕਿ ਘੋੜਾ ਹੈ ਉਹ ਜਿਹਨੂੰ ਤੁਸੀਂ ਇੰਨੀਆਂ ਦਾਲਾਂ ਝਾੜ ਰਹੇ ਹੋ ਹੁਣ ਯਾਦ ਆ ਗਿਆ ਕਿ ਪਰੌਣਿਆਂ ਦੀ ਵੀ ਉਦੋਂ ਨਾ ਕਿੱਡਾ ਕੈਟਾਗਰੀ ਹੁੰਦੀ ਸੀ ਹੁਣ ਵੀ ਹੈ ਹੁਣ ਨਾਸਰ ਮਦਨੀ ਨਿਗਾਹ ਆਉਂਦਾ ਕਿ ਜੇ ਕੋਈ ਮਤਲਬ ਤਗੜਾ ਜਵਾਈ ਆ ਜਾਏ ਜਿਹਦੇ ਹੱਥ ਦੇ ਵਿੱਚ ਚੌਂਸਿਆਂ ਦੇ ਛਾਪਰ ਉਹਦੇ ਲਈ ਤਿੱਕਾ ਬੋਟੀ ਸ਼ਵਾਰਮਾ ਬਰਗਰ ਜ਼ਿੰਗਰ ਤੇ ਜੇ ਕੋਈ ਮਾੜਾ ਮਲਾਈ ਬੋਟੀ ਆ ਦੇਸੀ ਕੁੱਕੜ ਸਾਰਿਆਂ ਦੇ ਨਾਲ ਲੈਂਦਾ ਅੰਬ ਬਾਜਵਾ ਸਾਹਿਬ ਜੀ ਆਪਣੇ ਅੰਬ ਅੱਜ ਲੈ ਕੇ ਆਏ ਨੇ ਤੇ ਵੀਡੀਓ ਤੋਂ ਬਾਅਦ ਅਸੀਂ ਚੈੱਕ ਕਰਨੇ ਆ ਫਿਰ ਉਹਨਾਂ ਨੂੰ
ਕਿ ਕਿੱਦਾਂ ਦੇ ਨੇ। ਚਲੋ ਬਾਕੀ ਆਪਾਂ ਅਗਲੇ ਵੀਡੀਓ ਦੇ ਵਿੱਚ ਅਗਲਾ ਵੀਡੀਓ ਵੇਖੀਏ, ਕਿਉਂਕਿ ਵੀਵਰ ਆਪਣੇ ਵੇਟ ਕਰ ਰਹੇ ਨੇ ਅਗਲੇ ਵੀਡੀਓ ਦਾ, ਅਤੇ ਅਗਲਾ ਵੀਡੀਓ ਵੇਖਣੇ ਆਪਾਂ।